ਆਪਦਾ ਸੰਗਠਨਾਤਮਕ ਢਾਂਚਾ ਬਹੁਤ ਕਮਜ਼ੋਰ ਹੋ ਚੁੱਕਾ ਹੈ। ਖਹਿਰਾ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੇ ਬੋਲਦਿਆਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਆਪ ਦਾ ਸੰਗਠਨਾਤਮਕ ਢਾਂਚਾ ਬਹੁਤ ਕਮਜ਼ੋਰ ਹੋ ਚੁੱਕਾ ਹੈ। ਬਿਲਕੁਲ, ਹਾਰ ਤਾਂ ਸਾਨੂੰ ਸਵੀਕਾਰ ਕਰਨੀ ਪੈਣੀ ਹੈ ਜੀ, ਔਰ ਬੜੇ ਦੁੱਖ ਦੀ ਗੱਲ ਹੈ। ਔਰ ਇਹਦੇ 'ਚ ਮੈਂ ਇੱਥੇ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਆਪਣੀ ਪਾਰਟੀ 'ਚ ਪੱਖ ਰੱਖਿਆ ਸੀਗਾ ਕਿ ਇਹ ਇਲੈਕਸ਼ਨ ਲੜਨ ਦਾ ਮੌਕਾ ਅਤੇ ਸਮਾਂ ਨਹੀਂ ਗਾ, ਕਿਉਂਕਿ ਸਾਡਾ ਜਿਹੜਾ ਔਰਗਨਾਈਜੇਸ਼ਨ ਸਟਰਕਚਰ ਹੈ ਉਹ ਬਹੁਤ ਵੀਕ ਹੋ ਗਿਆ ਆਫਟਰ 2017 ਅਸੈਂਬਲੀ ਇਲੈਕਸ਼ਨ ਤੋਂ ਬਾਅਦ, ਉਹ ਕਮਜ਼ੋਰ ਹੀ ਹੁੰਦਾ ਗਿਆ। ਇਸ ਲਈ ਮੈਂ ਉਹਨਾਂ ਨੂੰ ਬਹੁਤ, ਔਰ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਇਸ ਇਲੈਕਸ਼ਨ ਨੂੰ ਨਾ ਲੜੋ, ਇੱਥੇ ਐਨਰਜੀ ਵੇਸਟ ਕਰਨ ਦੀ ਬਜਾਏ ਆਪਣੇ ਔਰਗਨਾਈਜੇਸ਼ਨ ਸਟਰਕਚਰ ਨੂੰ ਠੀਕ ਕਰ ਲਈਏ, ਅਤੇ ਜਿਹੜੇ ਇੰਪੋਰਟੈਂਟ ਬਰਨਿੰਗ ਇਸ਼ੂਜ਼ ਨੇ, ਚਾਹੇ ਉਹ ਡਰੱਗਸ ਦਾ ਹੈ ਜਾਂ ਉਹ ਕਰਪਸ਼ਨ ਦਾ ਹੈ ਜਾਂ ਹੁਣ ਜਿੱਦਾਂ ਪਾਣੀਆਂ ਦਾ, ਜਿਹੜੇ ਲੋਕਾਂ ਦੇ ਇਸ਼ੂਜ਼ ਹੈ ਇਹਦੇ 'ਤੇ ਆਪਾਂ ਫੋਕਸ ਕਰੀਏ। ਪਰ ਅਨਫੋਰਚੁਨੇਟਲੀ ਪਾਰਟੀ ਨੇ ਫਿਰ ਫੈਸਲਾ, ਜਿਹੜੇ ਸਾਡੇ ਨਵੇਂ ਬਣੇ ਸੀ ਇੱਥੇ ਕੋ ਪ੍ਰੈਜ਼ੀਡੈਂਟ ਔਰ ਦਿੱਲੀ ਵਾਲਿਆਂ ਨੇ ਮਿਲ ਕੇ ਫੈਸਲਾ ਸਾਡੇ ਤੋਂ ਬਾਹਰ ਹੋ ਕੇ ਲੈ ਚੁੱਕੇ ਸੀਗੇ, ਔਰ ਜਦੋਂ ਪਾਰਟੀ ਨੇ ਕੋਈ ਫੈਸਲਾ ਲੈ ਲਿਆ ਵਾ ਦੈਨ ਵੀ ਹੈਡ ਟੂ ਗੋ ਬਾਏ ਦ ਪਾਰਟੀ, ਪਰ ਅਦਰਵਾਈਜ਼ ਅਸੀਂ ਇਹਦੇ ਖਿਲਾਫ਼ ਸੀ। ਦੂਜੀ ਗੱਲ ਹੈਗੀ ਕਿ ਜਿਹੜਾ ਪੰਜਾਬ ਦਾ ਇੱਕ ਟਰੈਕ ਰਿਕਾਰਡ ਪ੍ਰੂਵ ਕਰਦਾ ਕਿ ਜਿਹਦੀ ਵੀ ਸਰਕਾਰ ਹੁੰਦੀ ਆ, 10 ਸਾਲ ਪਹਿਲਾਂ ਅਕਾਲੀਆਂ ਦੀ ਸਰਕਾਰ ਰਹੀ, ਇਹੀ ਤਕਰੀਬਨ ਮਾਰਜਨਸ ਜਿਹੜੇ ਸੀਗੇ ਉਹ ਅਕਾਲੀ ਦਲ ਜ਼ਿਮਨੀ ਚੋਣਾਂ ਜਿੱਤਦਾ ਰਿਹਾ ਵਾ, ਔਰ ਹੁਣ ਜਿਹੜੀ ਆਈ ਆ ਕਾਂਗਰਸ ਦੀ ਵਾਰੀ ਤੋਂ, ਹੁਣ ਉਹ ਹਸ਼ਰ ਅਕਾਲੀਆਂ ਦਾ ਉੱਥੇ ਹੋ ਰਿਹਾ। ਇਹਦੇ 'ਚ ਇੰਪੋਰਟੈਂਟ ਗੱਲ ਇਹ ਆ ਨੋਟ ਕਰਨ ਦੀ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ, ਕਿਉਂਕਿ ਜ਼ਿਮਨੀ ਚੋਣ ਹੁੰਦੀ ਆ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਸਰਕਾਰ ਕੋਲੋਂ ਕੰਮ ਲੈਣੇ ਆ, ਔਰ ਲੋਕਾਂ ਦੇ ਛੋਟੇ ਛੋਟੇ ਕੰਮ ਨੇ, ਪਿੰਡਾਂ ਦੇ ਆਪਣੀਆਂ ਗਲੀਆਂ ਨਾਲੀਆਂ ਦੇ ਕੰਮ ਨੇ, ਥਾਣੇ ਤਹਿਸੀਲਾਂ ਦੇ ਕੰਮ ਨੇ, ਉਸ ਲੈਵਲ ਤੱਕ ਹੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਫਸੀ ਹੋਈ ਹੈ। ਔਰ ਇਸ ਲਈ ਗਵਰਨਮੈਂਟ ਨੂੰ ਬਗੈਰ ਕਹਿਣ ਤੋਂ ਬੇਤਹਾਸ਼ਾ ਲੋਕ ਵੋਟ ਪਾਉਣ ਨੂੰ ਤਿਆਰ,